ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਸਪਲੇਟਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਂਦਰੀ ਬਜਟ ਤੋਂ ਪਹਿਲਾਂ ਅਰਥ ਸ਼ਾਸਤਰੀਆਂ ਨਾਲ ਮੀਟਿੰਗ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਰਹੇ ਮੌਜੂਦ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕੀਤੀ ਮੀਟਿੰਗ। ਡੇਂਗੂ ਦੇ ਸੰਭਾਵੀ ਖਤਰੇ ਨੂੰ ਲੈ ਕੇ ਲੋਕਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਇੰਡੀਅਨ ਨੈਸ਼ਨਲ ਲੋਕਦਲ ਅਤੇ ਬਸਪਾ ਵਿਚਾਲੇ ਗੱਠਜੋੜ, ਸੀਟਾਂ ਦੀ ਵੀ ਹੋਈ ਵੰਡ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਜੁਲਾਈ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਅੱਜ ਅਰਥ ਸ਼ਾਸਤਰੀਆਂ ਨਾਲ ਮੀਟਿੰਗ ਕੀਤੀ ਹੈ, ਜਿਸ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਅਰਥ ਸ਼ਾਸਤਰੀਆਂ ਦੇ ਸੁਝਾਅ ਵੀ ਲਏ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਪਹੁੰਚ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਉਪਰੰਤ ਰੀਹੈਬਿਲੀਟੇਸ਼ਨ ਸੈਂਟਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਸਿਹਤ ਮੰਤਰੀ ਨੇ ਕਿਹਾ ਕਿ ਅੱਜ ਕੱਲ੍ਹ ਚੱਲ ਰਹੇ ਬਰਸਾਤ ਦੇ ਮੌਸਮ ਕਾਰਨ ਮੱਛਰਾਂ ਅਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਅਤੇ ਡੇਂਗੂ ਦੀ ਬਿਮਾਰੀ ਦੇ ਜ਼ਿਆਦਾ ਕੇਸ ਸਾਹਮਣੇ ਆਉਣ ਲੱਗ ਜਾਂਦੇ ਨੇ, ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਤਰ ਨਾ ਹੋਣ ਦੇਣ ਤਾਂ ਜੋ ਡੇਂਗੂ ਦੇ ਮੱਛਰਾਂ ਦਾ ਲਾਰਵਾ ਨਾ ਪੈਦਾ ਹੋਵੇ। ਉਹਨਾਂ ਕਿਹਾ ਕਿ ਲੋਕ ਆਪਣੇ ਘਰਾਂ ਦੇ ਵਿੱਚ ਕੂਲਰਾਂ ਵਿੱਚ ਪਾਣੀ ਇਕੱਤਰ ਨਾ ਹੋਣ ਦੇਣ ਅਤੇ ਨਾ ਹੀ ਫਰਿੱਜਾਂ ਦੇ ਪਿੱਛੇ ਪਾਣੀ ਵਾਲੀਆਂ ਟਰੇਆਂ ਖਾਲੀ ਪਏ ਟਾਇਰਾਂ ਵਿੱਚ ਪਾਣੀ ਜਮ੍ਹਾਂ ਨਾ ਹੋਣ ਦੇਣ। ਅੱਜ ਨਾ ਹੁਣ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਬਰਸਾਤ ਦਾ ਮੌਸਮ ਆ ਗਿਆ, ਇਹਦੇ ਜਦੋਂ ਬਰਸਾਤ ਦਾ ਮੌਸਮ ਆਉਂਦਾ ਤਾਂ ਮੱਛਰਾਂ ਨਾਲ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਵੱਧ ਜਾਂਦੀਆਂ, ਖਾਸ ਕਰਕੇ ਸਾਰੇ ਲੋਕ ਜਾਣਦੇ ਆ ਡੇਂਗੂ ਅਤੇ ਚਿਕਨਗੁਨੀਆ, ਜਿਹੜਾ ਕਿ ਉਹਦਾ ਮੁੱਖ ਕਾਰਨ ਇਹ ਆ ਵੀ ਜਿਹੜਾ ਮੱਛਰ ਹੁੰਦਾ ਨਾ, ਇਹ ਵਾਲਾ ਮੱਛਰ ਸਾਫ਼ ਪਾਣੀ ਦੇ ਵਿੱਚ, ਘਰ 'ਚ ਜਿਵੇਂ ਤੁਸੀਂ ਖਾਣ ਠੰਡੀ ਹਵਾ ਵਾਸਤੇ ਕੂਲਰ ਲਾਇਆ ਹੋਇਆ ਜਾਂ ਫਰਿੱਜ ਦੇ ਨੀਚੇ ਨਾ ਪੁਰਾਣੇ ਵਾਲੇ ਫਰਿੱਜਾਂ ਦੇ ਨੀਚੇ ਇੱਕ ਟਰੇ ਹੁੰਦੀ ਆ, ਕਈਆਂ ਦੇ ਪਿੱਛੇ ਟਰੇ ਹੁੰਦੀ ਆ, ਉਹਦੇ ਵਿੱਚ ਸਾਨੂੰ ਉਹਦੇ 'ਚੋਂ ਲੱਭਿਆ ਲਾਰਵਾ। ਅਤੇ ਜਾਂ ਜਿਹੜੇ ਆਪਾਂ ਪੰਛੀਆਂ ਵਾਸਤੇ ਕਟੋਰੇ ਰੱਖ ਦਿੰਦੇ ਹਾਂ, ਕੋਈ ਲੋਕ ਨਾ ਪਾਣੀ ਦੀ ਸ਼ੋਰਟੇਜ ਹੁੰਦੀ ਆ ਅਤੇ ਉਹ ਸਟੋਰ ਕਰ ਲੈਂਦੇ ਆ, ਡਰੰਮ ਰੱਖੇ ਹੁੰਦੇ ਉਹਨਾਂ ਨੇ। ਸੋ ਇਹ ਜਾਂ ਕੋਈ ਟੁੱਟਿਆ ਹੋਇਆ ਭਾਂਡਾ ਪਿਆ ਹੋਇਆ, ਕੋਈ ਟਾਇਰ ਪਿਆ ਹੋਇਆ ਆਸੇ ਪਾਸੇ ਆਪਾਂ ਪਾਣੀ ਕਿਤੇ ਖੜ੍ਹਾ ਹੋਵੇ, ਉਹਦੇ ਵਿੱਚ ਇਹ ਮੱਛਰ ਜਿਹੜਾ ਹੈਗਾ ਇਹਨੂੰ ਅਸੀਂ ਏਡੀਜ਼ ਜਿਪਟੀ ਕਹਿੰਦੇ ਹਾਂ, ਉਹਦੇ 'ਚ ਪਣਪਦਾ। ਅਤੇ ਇੱਕ ਵਾਰੀ ਡੇਂਗੂ ਹੋ ਜਾਵੇ, ਚਿਕਨਗੁਣੀਆਂ ਹੋ ਜਾਵੇ, ਉਹਦਾ ਇਲਾਜ ਬਹੁਤ ਔਖਾ ਹੈ। ਕਈ ਵਾਰੀ ਤਾਂ ਜਿਹੜੀਆਂ ਪਲੇਟਲੈਟਸ ਘੱਟ ਜਾਂਦੀਆਂ ਤੁਹਾਨੂੰ ਉਹਨਾਂ ਦੋਨਾਂ ਬਿਮਾਰੀਆਂ ਦੇ ਵਿੱਚ, ਅਤੇ ਉਹਦੇ ਵਾਸਤੇ ਅਸੀਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦੇ ਹਾਂ। ਬਰੀਡਿੰਗ ਚੈੱਕ ਕਰਦੀ ਅਸੀਂ ਗਿਣਤੀ ਵਧਾ ਦਿੱਤੀ ਆ, 40 ਕਰਦੇ ਹਾਂ। ਜਿਵੇਂ ਤੁਹਾਡੇ ਸਿਰਫ ਅਜੇ ਤੱਕ ਜਿਹੜਾ ਹੈਗਾ ਉਹ ਇੱਕ ਪਿੰਡ ਦੇ ਵਿੱਚ ਪੋਜ਼ਿਟਿਵ ਆਇਆ, ਉੱਥੇ ਅਸੀਂ ਇਕੱਲਾ ਘਰ ਚੈੱਕ ਕਰਦੇ ਹਾਂ, ਜਾ ਕੇ ਚੈੱਕ ਕਰਕੇ ਉੱਥੇ ਫਿਊਮੀਗੇਸ਼ਨ ਕਰਦੇ ਹਾਂ, ਸਾਰੀਆਂ ਐਕਟੀਵਿਟੀਜ਼ ਅਸੀਂ ਉੱਥੇ ਕਰਦੇ ਹਾਂ, ਮੈਂ ਉਸ ਨਾਲ ਜਾ ਕੇ ਵੈਰੀਫਾਈ ਕਰ ਰਿਹਾ। ਔਰ ਇਹਦੇ ਵਿੱਚ ਮੇਰਾ ਪਰਪਜ਼ ਇਹ ਹੈਗਾ ਵੀ ਜਿਵੇਂ ਡਿਸਟ੍ਰਿਕਟ ਲੈਵਲ ਦੇ ਉੱਤੇ ਸਾਡਾ ਸਿਹਤ ਮਹਿਕਮਾ ਜੀ, BDPO ਦਾ ਦਫ਼ਤਰ ਹੈ ਜੀ, ਸਪਰੇਅ ਉਹਨਾਂ ਨੇ ਕਰਨਾ, ਕਮਿਊਨੀਕੇਸ਼ਨ ਉਹਨਾਂ ਨੇ ਕਰਨੀ ਆ, ਲੋਕਲ ਬੋਡੀਜ਼ ਆ ਤੁਹਾਡੇ ਜਿਹੜੀ ਮਿਊਨਸਪਲ ਕਮੇਟੀ ਆ ਉਹਦਾ EO ਹੈਗਾ, ਉਹਨਾਂ ਨੇ ਸ਼ਹਿਰ ਦੇ ਵਿੱਚ ਉਹਨਾਂ ਨੇ ਸਪਰੇਅ ਕਰਨੀ ਆ, ਸਾਰੇ ਜਿਹੜੀ ਕਮਿਊਨੀਕੇਸ਼ਨ ਕਰਨੀ ਆ। ਇਸੇ ਤਰ੍ਹਾਂ ਜਿਹੜੇ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਆ ਉਹਨਾਂ ਦੇ ਨਾਲ ਜਿਹੜੀਆਂ ਵਾਟਰ ਬੋਰਡ ਡਿਜ਼ੀਜ਼ ਆ ਉਹਦੇ ਵਾਸਤੇ, ਸੋ ਇਹ ਚਾਰੋਂ ਡਿਪਾਰਟਮੈਂਟਸ ਦੀ ਕੋਆਰਡੀਨੇਸ਼ਨ ਕਰਕੇ ਪਲੱਸ ਇਹਦੇ ਨਾਲ ਐਜੂਕੇਸ਼ਨ ਦੇ ਨਾਲ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਜਿਹੜਾ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਸ਼ੁਰੂ ਕਰ ਰਹੇ ਹਾਂ ਜੀ। ਉਹਦੇ 'ਚ ਅਸੀਂ ਜਿਹੜੇ ਸਕੂਲ ਦੇ ਟੀਚਰ ਆ ਔਰ ਬੱਚੇ ਆ, ਖਾਸ ਕਰਕੇ ਜਿਹੜੇ 9ਵੇਂ ਅਤੇ 11ਵੀਂ ਵਾਲੇ ਬੱਚੇ ਆ, ਉਹਨਾਂ ਨੂੰ ਉਹ ਦਿਖਾ ਕੇ ਵੀ ਕਿੱਥੇ ਕਿੱਥੇ ਹੁੰਦਾ ਇਹ, ਕਿਹੋ ਜਿਹਾ ਹੁੰਦਾ, ਉਹਨਾਂ ਨੂੰ ਦਿਖਾ ਕੇ ਲਾਰਵਾ ਉਹਨਾਂ ਨੂੰ ਅਤੇ ਆਸ਼ਾ ਵਰਕਰਸ ਤੋਂ ਅਸੀਂ ਬੱਚਿਆਂ ਨੂੰ ਇਨਸੈਂਟੀਵਾਈਜ਼ ਕਰਦੇ ਹਾਂ, ਜਿਹੜਾ ਆਪਣੇ ਪਿੰਡ 'ਚੋਂ ਲੰਬੇਗਾ ਨਾ ਜੀ ਆਪਣੇ ਲਾਰਵਾ ਜਾ ਕੇ ਲੱਭ ਲਏਗਾ, ਲੋਕ ਬਚ ਜਾਣਗੇ, ਅਸੀਂ ਉਸ ਬੱਚੇ ਨੂੰ ਸਪੈਸ਼ਲ ਨੰਬਰ ਦੇਵਾਂਗੇ, ਉਹਨੂੰ ਇਨਸੈਂਟਿਵ ਦੇਵਾਂਗੇ ਬੱਚਿਆਂ ਨੂੰ। ਇਸੇ ਤਰ੍ਹਾਂ ਅਸੀਂ ਆਸ਼ਾ ਵਰਕਰ ਨੂੰ ਇਨਾਮ ਦੇਵਾਂਗੇ। ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਵਾਰੀ ਅਸੀਂ ਜਿਹੜੇ ਡੇਂਗੂ ਅਤੇ ਚਿਕਨਗੁਨੀਆ ਦੇ ਕੇਸ ਉਹ ਘਟਾਉਣੇ ਆ, ਉਹਦੇ ਵਾਸਤੇ ਮੈਂ ਸਾਰੇ ਜਿੰਨੇ ਵੀ ਸਾਡੇ ਜ਼ਿਲ੍ਹਾ ਹੈੱਡਕੁਆਰਟਰ ਆ ਉਹਨਾਂ ਨੂੰ ਵਿਜਿਟ ਕਰ ਰਿਹਾ ਜੀ। ਇਸੇ ਤਰ੍ਹਾਂ ਜਿਹੜੀ ਡਰੱਗ ਅਡਿਕਸ਼ਨ ਦੀਆਂ ਜਿੰਨੇ ਸਾਡੇ ਰੀਹੈਬ ਸੈਂਟਰ ਆ ਉੱਥੇ ਜਾ ਰਿਹਾ ਮੈਂ,
ਉਹਦੇ ਵਿੱਚ ਜਿਵੇਂ ਤੁਹਾਡਾ ਵੀ ਇੱਥੇ ਹੈਗਾ ਬਣਿਆ ਹੋਇਆ, ਬਹੁਤ ਬਾਹਰਲੇ ਪਾਸੇ ਬਣਿਆ ਹੋਇਆ, ਬਹੁਤ ਵੱਡਾ ਵਧੀਆ ਬਣਿਆ ਹੋਇਆ, ਲੇਕਿਨ ਉਹਨਾਂ ਦੇ ਉਹ ਬਹੁਤ ਸਾਰੇ ਬੈੱਡ ਉਹਨਾਂ 'ਚ ਖਾਲੀ ਪਿਆ, ਉਹ ਮੈਂ ਦੇਖ ਰਿਹਾ ਵੀ ਉਹਦੇ ਕੀ ਕਾਰਨ ਹੈ। ਉਹਦੇ ਵਿੱਚ ਅਸੀਂ ਪੁਲਿਸ ਡਿਪਾਰਟਮੈਂਟ ਦੇ ਨਾਲ, ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ, ਉਹਦੇ ਵਿੱਚ ਵੀ ਨਵੀਂ ਅਪਰੋਚ ਆ ਕੇ ਉਹਨੂੰ ਡੀਕ੍ਰਿਮਲਾਈਜ਼ ਕਰਕੇ, ਜਿਹੜੇ ਨਸ਼ੇੜੀ ਜਿੰਨੇ ਫੜੇ ਜਾਂਦੇ ਆ, ਜਿਹਨਾਂ ਕੋਲੋਂ ਕੰਜ਼ਪਸ਼ਨ ਕੁਆਲਿਟੀ ਮਿਲਦੀ ਆ, ਉਹਨਾਂ ਨੂੰ ਜੇਲ੍ਹਾਂ 'ਚ ਨਾ ਭੇਜਿਆ ਜਾਵੇ। ਇੱਕ ਤਾਂ ਜੇਲ੍ਹਾਂ ਦੇ ਵਿੱਚ ਰਸ਼ ਘਟੇਗਾ, ਉਹਨਾਂ ਦੀ ਓਵਰ ਕਰਾਊਡਿੰਗ ਨਹੀਂ ਹੋਏਗੀ, ਅਤੇ ਦੂਜਾ ਅਸੀਂ ਉਹਨਾਂ ਨੂੰ ਇੱਕ ਮੈਂਟਲ ਹੈਲਥ ਦਾ ਇਸ਼ੂ ਸਮਝ ਕੇ ਉਹਨਾਂ ਦੀ ਪਹਿਲਾਂ ਤਾਂ ਨਾਲੇ ਉਹਨਾਂ ਦੀ ਡੀਟੈਕਸ਼ਨ ਕਰਾਂਗੇ। ਸਾਡੇ ਕੋਲ ਯੋਗਾ ਟੀਚਰਸ ਆ, ਉਹਨਾਂ ਨੂੰ ਯੋਗਾ ਕਰਾਉਂਦੇ ਹਾਂ, ਕੌਂਸਲਿੰਗ ਹੁੰਦੀ ਆ, ਮੈਡੀਟੇਸ਼ਨ ਹੁੰਦੀ ਆ, ਔਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਉਣਾ, ਜਿਵੇਂ ADC ਡਿਵੈਲਪਮੈਂਟ ਆ, ਉਹਨਾਂ ਨੂੰ ਨਾਲ ਕੋਆਰਡੀਨੇਟ ਕਰਕੇ, ਅਤੇ ਉਹਨਾਂ ਨੂੰ ਕੰਮ ਸਿਖਾ ਕੇ ਉੱਥੇ ਰੱਖ ਕੇ 2-3 ਮਹੀਨੇ ਜਦੋਂ ਕੋਈ ਕੰਮ ਸਿੱਖ ਜਾਂਦੇ, ਜਿਹੜਾ ਵੀ ਉਹ ਕਹਿਣ ਮੈਂ ਫਲਾਨਾ ਕੰਮ ਕਰੂੰਗਾ, ਖੇਤੀਬਾੜੀ ਨਾਲ ਸੰਬੰਧਿਤ ਹੋਵੇ, ਮਸ਼ੀਨਾਂ ਠੀਕ ਕਰਨ ਨਾਲ ਸੰਬੰਧਿਤ ਹੋਵੇ, ਮੋਬਾਈਲ ਰਿਪੇਅਰ ਦਾ ਹੋਵੇ, ਇਲੈਕਟ੍ਰੀਸ਼ਨ ਦਾ ਹੋਵੇ, ਰੈਫਰੀਜਰੇਸ਼ਨ ਦਾ ਹੋਵੇ, ਜਿਹੜਾ ਵੀ ਕੰਮ ਕਹਿੰਦੇ ਉਹਨਾਂ ਨੂੰ ਕੰਮ ਸਿਖਾ ਕੇ, ਫਿਰ ਉਹਨਾਂ ਨੂੰ ਜਿਹੜੇ ਇੰਪਲਾਇਮੈਂਟ ਜਨਰੇਸ਼ਨ ਵਾਲੀਆਂ ਸਕੀਮਾਂ ਹੈਗੀਆਂ, ਉਹ 'ਚ ਕੋਈ ਨਾ ਕੋਈ ਲੋਨ ਦੇ ਕੇ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ, ਔਰ ਇਹਦੇ ਨਾਲ ਫੈਮਿਲੀ ਕੌਂਸਲਿੰਗ ਔਰ ਜਿਹੜਾ ਹੈਗਾ ਕਮਿਊਨਿਟੀ ਦੀ ਪਾਰਟੀਸਪੇਸ਼ਨ ਜਿਹੜੀ ਹੈਗੀ ਆ, ਔਰ ਪੁਲਿਸ ਦੇ ਨਾਲ ਸਾਡੇ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਉਹ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਮਹਿਕਮਾ ਔਰ ਜਿਹੜਾ ਪੁਲਿਸ ਡਿਪਾਰਟਮੈਂਟ ਹੈ, ਸਾਰੇ ਤਿੰਨੋਂ ਜਣੇ ਮਿਲ ਕੇ ਕੋਆਰਡੀਨੇਸ਼ਨ ਉਹਦੇ ਵਾਸਤੇ ਕੰਮ ਕਰਦੇ ਆ। ਪਲੱਸ ਜਿਹੜੇ ਕਮਿਊਨਿਟੀ ਦੇ ਲੀਡਰਸ ਹੈਗੇ ਆ, ਉਹ ਮੈਂ ਤੁਹਾਡੇ ਥਰੂ ਉਹਨਾਂ ਨੂੰ ਇਨਵਾਈਟ ਵੀ ਕਰਦਾ, ਚਾਹੇ ਉਹ ਰਿਟਾਇਰਡ ਕੋਈ ਐਕਸਰਵਿਸਮੈਨ ਹੈ, ਕੋਈ ਟੀਚਰ ਹੈ ਜਿਹੜਾ ਪਿੰਡ 'ਚ ਰਹਿੰਦਾ, ਜਾਂ ਜਿੱਥੇ ਜਿੱਥੇ ਨਸ਼ੇ ਦੀ ਪ੍ਰੋਬਲਮ ਹੈ, ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਨੂੰ ਉਹਨਾਂ ਕੋਲ ਲਿਆਓ, ਅਸੀਂ ਉਹਨਾਂ ਨੂੰ ਨਸ਼ਾ ਛਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ, ਉਹਨਾਂ ਨੂੰ ਕੋਈ ਨਾ ਕੋਈ ਲੋਨ ਦਵਾ ਕੇ ਕੰਮ ਸ਼ੁਰੂ ਕਰਾ ਕੇ ਤੁਹਾਡਾ ਬੱਚਾ ਤੁਹਾਨੂੰ ਵਾਪਸ ਕਰ ਦਾਂਗੇ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ PPSC ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਦੀ ਭਰਤੀ ਦੀ ਪ੍ਰੀਖਿਆ ਨੂੰ ਲੈ ਕੇ ਉੱਠ ਰਹੇ ਸਵਾਲਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਪੇਪਰ ਨਿਰਪੱਖ ਅਤੇ ਪਾਰਦਰਸ਼ੀ ਢੰਗ ਦੇ ਨਾਲ ਲਏ ਗਏ ਨੇ ਅਤੇ ਅੱਗੇ ਵੀ ਇਹ ਪਾਰਦਰਸ਼ਤਾ ਬਰਕਰਾਰ ਰਹੇਗੀ। ਤਿੰਨ ਚਾਰ ਐਲੀਗੇਸ਼ਨ ਸਾਡੇ 'ਤੇ ਲੱਗੇ ਹੈਗੇ ਆ PPSC ਦੇ ਉੱਤੇ। ਇੱਕ ਤਾਂ ਕਿ ਵੀ ਕੋਈ ਕਿਸੇ ਐਗਰੀਕਲਚਰ ਅਫਸਰ ਨੇ 30-32 ਲੱਖ ਰੁਪਏ ਲਿਆ ਕਿ ਉਹ ਪੇਪਰ ਲੀਕ ਕਰਨ ਵਾਸਤੇ। ਨੰਬਰ 2, ਹਰਿਆਣਾ ਦੇ ਕੈਂਡੀਡੇਟਸ ਨੂੰ ਪੇਪਰ ਲੀਕ ਕੀਤਾ ਗਿਆ ਤਾਂ ਕਿ ਉਹ ਪਹਿਲਾਂ ਆ ਜਾਣ। ਨੰਬਰ 3, ਕਿ ਵੀ ਉਹ ਜਿਹੜੇ ਕੈਂਡੀਡੇਟਸ ਹੈ ਉਹਨਾਂ ਨੂੰ ਲੇਟ ਲੈਂਦਾ ਗਿਆ ਅਤੇ ਲੇਟ ਬਿਠਾਇਆ ਗਿਆ ਤਾਂ ਕਿ ਉਹਨਾਂ ਦਾ ਪਤਾ ਨਾ ਲੱਗੇ ਅਤੇ ਪੇਪਰ ਫਰਦਰ ਲੀਕ ਨਾ ਹੋਵੇ। ਇਹ 3-4 ਐਲੀਗੇਸ਼ਨ ਜੋ ਮੈਂ ਕੁਛ ਨਿਊਜ਼ ਪੇਪਰ ਦੇ ਵਿੱਚ ਸੀ, ਕੁਛ ਵੀਡੀਓ ਦੇ ਵਿੱਚ ਸੀ, ਉਹਦੇ ਬਾਰੇ ਕਰਨਾ ਚਾਹੁੰਦਾ ਕਿ ਅਸੀਂ ਇਹਨੂੰ ਬੜੇ ਹੀ ਮੈਂ ਕਹਿਣਾ ਚਾਹਾਂਗੇ, ਬੜੇ ਹੀ ਸੁਚੱਜੇ ਢੰਗ ਨਾਲ, ਬੜੇ ਹੀ ਇਮਾਨਦਾਰੀ ਨਾਲ, ਬੜੇ ਹੀ ਪਾਰਦਰਸ਼ਤਾ ਨਾਲ ਕੰਡਕਟ ਕਰਾਇਆ। ਅਸੀਂ ਕਾਫੀ ਮੈਜਰਸ ਲੈਂਦੇ ਹਾਂ ਕਿ ਪੇਪਰ ਵਿੱਚ ਬਿਲਕੁਲ ਸਾਫ਼ ਸੁਥਰੇ ਢੰਗ ਨਾਲ ਹੋਏ, ਜਿਹਦੇ ਵਿੱਚ ਇੱਕ ਤਾਂ ਇਹ ਹੈ ਕਿ ਜਿਹੜੇ ਪੇਪਰ ਦੇ ਵਿੱਚ ਜਿਹਨਾਂ ਨੇ ਪੇਪਰ ਕੰਡਕਟ ਕਰਨਾ ਸੀਗਾ, ਜੇ ਸਾਡੇ ਸੁਪਰਵਾਈਜ਼ਰ ਸੀ, ਜਿਹੜੇ ਸਾਡੇ ਉੱਥੇ ਟੀਮ ਦੇ ਬੰਦੇ ਲੱਗੇ ਆ, ਉਹਨਾਂ ਨੂੰ ਸਾਡੇ ਸੈਕਟਰੀ ਐਗਜ਼ਾਮੀਨੇਸ਼ਨ ਨੇ ਉੱਥੇ ਪਰਸਨਲੀ ਜਾ ਕੇ 27 ਅਤੇ 28 ਤਰੀਕ ਨੂੰ ਬਰੀਫ ਕੀਤਾ ਸੀ ਕਿ ਕਿਸ ਤਰ੍ਹਾਂ ਕਰਨਾ ਹੈ ਅਤੇ ਕਿਸ ਤਰੀਕੇ ਨਾਲ ਆਪਾਂ ਪੇਪਰ ਕੰਡਕਟ ਕਰਨਾ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪੇਪਰ ਹੈ ਉਹ ਇੱਥੋਂ ਅਸੀਂ PPSC ਤੋਂ ਸਾਡੇ ਇੱਥੇ ਵਿੱਚੋਂ ਅਸੀਂ ਸੀਲ ਕਵਰ ਵਿੱਚ ਲੈ ਕੇ ਅੰਡਰ ਸਕਿਉਰਿਟੀ ਲੈ ਕੇ ਜਾਂਦੇ ਹਾਂ ਉੱਥੇ, ਔਰ ਜਿਹੜੀ ਸੀਲ ਕਵਰ ਹੈਗਾ ਉਹ ਉੱਥੇ ਜਾ ਕੇ ਉਹਨਾਂ ਦੇ ਕੈਂਡੀਡੇਟ ਸਾਹਮਣੇ ਜਦੋਂ ਪੇਪਰ ਦਾ ਟਾਈਮ ਹੁੰਦਾ ਉਦੋਂ ਸੀਲ ਖੋਲ੍ਹੀ ਜਾਂਦੀ ਆ, ਉਹਦੀ ਵੀਡੀਓ ਰਿਕਾਰਡਿੰਗ ਕੀਤੀ ਜਾਂਦੀ। ਉਸ ਤੋਂ ਇਲਾਵਾ ਅਸੀਂ ਬਾਇਓਮੈਟ੍ਰਿਕ ਮਸ਼ੀਨਸ ਲਾਈਆਂ ਹੋਈਆਂ ਤਾਂ ਕਿ ਜਿਹੜਾ ਕੈਂਡੀਡੇਟ ਆਉਂਦਾ ਉਹਦੀ ਅਟੈਂਡੈਂਸ ਜਿਹੜੀ ਹੈ ਬਾਇਓਮੈਟ੍ਰਿਕ 'ਤੇ ਲੱਗਦੀ ਹੈ, ਜੋ ਉਹਨੇ ਪਹਿਲਾਂ ਬਾਇਓਮੈਟ੍ਰਿਕ ਦਿੱਤਾ ਉਹਦੇ ਨਾਲ ਮੈਚ ਕੀਤਾ ਜਾਂਦਾ। 5G ਦੇ ਜੈਮਰ ਇੰਸਟਾਲ ਹਰ ਰੂਮ ਦੇ ਵਿੱਚ ਕੀਤੇ ਜਾਂਦੇ ਆ, ਜਿਹਦੇ ਕਿ 30-35 ਬੱਚੇ ਹੁੰਦੇ ਆ, ਔਰ ਉਹਦੇ ਵਿੱਚ 5G ਦਾ ਤੱਕ ਉਹਦੀ ਕੈਪੇਬਿਲਿਟੀ ਆ ਉਹਨੂੰ ਬਲੋਕ ਕਰਨ ਦੀ। ਐਂਡ ਨੰਬਰ 2, ਉਹਦੇ 'ਤੇ ਇੰਟਰਨੈਟ ਅਤੇ ਬਲੂਟੂਥ ਸਾਰਾ ਕੁਛ ਬਲੋਕ ਹੋ ਜਾਂਦਾ, ਔਰ ਕੋਈ ਚਾਂਸ ਨਹੀਂ ਹੈ ਕਿ ਬਾਹਰੋਂ ਕੋਈ ਬੱਚਾ ਉਹਦੇ ਵਿੱਚ ਇਸ ਤਰੀਕੇ ਨਾਲ ਉਹਨੂੰ ਕ੍ਰੋਸ ਕਰਕੇ ਪੇਪਰ ਕਰ ਸਕਦਾ। ਕਿਸੇ ਵੀ ਬੱਚੇ ਨੂੰ, ਕਿਸੇ ਵੀ ਕੈਂਡੀਡੇਟ, ਜਿਹੜੇ ਬੰਦਾ ਕੈਂਡੀਡੇਟ ਇੱਥੇ ਅਪੀਅਰ ਹੋ ਰਿਹਾ, ਉਹਨੂੰ ਅਸੀਂ ਮੋਬਾਈਲ ਫੋਨ ਅੰਦਰ ਲਾਉਣਾ ਅਲਾਓ ਨਹੀਂ ਕੀਤਾ ਜਾਂਦਾ। ਜਿਹੜੇ ਉੱਥੇ ਕੈਂਡੀਡੇਟਸ ਆ ਰਹੇ ਆ ਉਹਨਾਂ ਨੂੰ HHMD ਐਂਡ DFMD ਦੇ ਰਾਹੀਂ ਕ੍ਰੋਸ ਕਰਕੇ ਫਿਜ਼ੀਕਲ ਫਿਸਕਿੰਗ ਕਰਕੇ ਅੰਦਰ ਲਿਆਉਂਦਾ ਜਾਂਦਾ।
ਹਰ ਕੈਂਡੀਡੇਟ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਸੁਪਰਵਾਈਜ਼ਰ ਅਫਸਰ ਆਏ ਹੈ, ਅਸੀਂ ਗਵਰਨਮੈਂਟ ਨੂੰ ਕਹਿ ਕੇ ਉਹਨਾਂ ਤੋਂ ਸਾਨੂੰ ਕੁਛ ਪੀਸੀਐਸ ਅਫਸਰ ਜਿਹੜੇ ਸੀਨੀਅਰ ਲੈਵਲ ਦੇ ਉਹ ਆਏ ਸੀਗੇ, ਉਹਨਾਂ ਨੇ ਸਾਡੇ ਸੁਪਰਵਾਈਜ਼ ਕੀਤਾ। ਉਹਨਾਂ ਵੱਲੋਂ ਵੀ ਸਾਡੇ ਕੋਲ ਰਿਪੋਰਟ ਆਇਆ ਕਿ ਵੀ ਕਿਸੇ ਸੈਕਟਰ ਵਿੱਚ ਕੁਝ ਵੀ ਐਸੀ ਗਲਤੀ ਨਹੀਂ ਪਏਗੀ, ਪੇਪਰ ਬਿਲਕੁਲ ਨੋਰਮਲ ਰਹੇ। ਹੁਣ ਤਿੰਨ ਚਾਰ ਗੱਲਾਂ ਜਿਹੜੀਆਂ ਆਈਆਂ ਕਿ ਕੈਂਡੀਡੇਟਸ ਨੂੰ ਹਰਿਆਣਾ ਦੇ ਕੈਂਡੀਡੇਟਸ ਨੂੰ ਕੀਤਾ ਗਿਆ, ਉਹ ਵੀ ਰਿਜ਼ਲਟ ਵਿੱਚ ਸਾਹਮਣੇ ਹੋ ਜਾਏਗਾ। ਕੈਂਡੀਡੇਟਸ ਨੂੰ ਲੇਟ ਲੈਂਦਾ ਗਿਆ, ਉਹ ਅਸੀਂ ਆਪਦੀ ਵੀਡੀਓ ਰਿਕਾਰਡਿੰਗ ਚੈੱਕ ਕਰ ਲਈਏ, ਇੱਕ ਵੀ ਕੈਂਡੀਡੇਟ 11 ਵਜੇ ਤੋਂ ਬਾਅਦ ਕਿਸੇ ਵੀ ਸੈਕਟਰ ਵਿੱਚ ਐਂਟਰ ਨਹੀਂ ਹੋਇਆ। ਐਂਡ ਜਿਹੜੇ ਕਿ 30-32 ਲੱਖ ਦਾ ਹੈਗਾ ਐਗਰੀਕਲਚਰ ਡਿਪਾਰਟਮੈਂਟ ਦਾ ਜਾਂ ਕਿਸੇ ਡਿਪਾਰਟਮੈਂਟ ਦਾ ਪੰਜਾਬ ਗਵਰਨਮੈਂਟ ਦਾ ਬੰਦਾ ਸਾਡੇ ਨਾਲ ਐਸੋਸੀਏਟਡ ਨਹੀਂ ਸੀ, ਜਿਹਨੇ ਕਿ ਪੇਪਰ ਕੰਡਕਟ ਕਰਾਇਆ ਹੋਏ, ਸਾਰੇ ਪੇਪਰ ਸਟੇਟ ਦੇ ਬਾਹਰੋਂ ਸੈੱਟ ਹੋਏ ਆ ਅਤੇ ਬਾਹਰੋਂ ਹੀ ਬਣ ਗਿਆ। ਸੋ ਮੈਂ ਇਹਨਾਂ ਨੂੰ, ਖਾਸ ਪੰਜਾਬ ਦੇ ਯੂਥ ਨੂੰ, ਉਹਨਾਂ ਦੇ ਪੇਰੈਂਟਸ ਨੂੰ ਜਿਹੜੇ ਐਸਪਾਇਰੈਂਟਸ ਹੈ, ਉਹਨਾਂ ਨੂੰ ਇਹ ਬੜੀ ਜ਼ਿੰਮੇਵਾਰੀ ਨਾਲ ਇਹ ਸ਼ਿਊਟੀ ਦੇਣੀ ਚਾਹੁੰਦਾ ਹੈ ਕਿ ਇਹ ਪੇਪਰ ਬੜੇ ਇਮਾਨਦਾਰੀ ਨਾਲ, ਬੜੀ ਪਾਰਦਰਸ਼ਤਾ ਨਾਲ ਅਤੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈਗਾ। ਖਨੌਰੀ ਬਾਰਡਰ ਉੱਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪਿੰਡ ਬੱਲੋਂ ਦੇ ਸ਼ੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਵੱਲੋਂ ਬਠਿੰਡਾ ਵਿਖੇ ਪੁਲਿਸ ਦੀ ਨੌਕਰੀ ਜੁਆਇਨ ਕੀਤੀ ਗਈ ਹੈ। ਇਸ ਮੌਕੇ ਸ਼ੁਭਕਰਨ ਦੇ ਪਿਤਾ ਬਲਜੀਤ ਸਿੰਘ ਨੇ ਨੌਕਰੀ ਦੇਣ ਲਈ ਪੰਜਾਬ ਸਰਕਾਰ ਦੇ ਧੰਨਵਾਦ ਦੇ ਨਾਲ ਨਾਲ ਸ਼ੁਭਕਰਨ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਅਤੇ ਸ਼ੁਭਕਰਨ ਦੀ ਭੈਣ ਗੁਰਪ੍ਰੀਤ ਕੌਰ ਨੂੰ ਜੁਆਇਨਿੰਗ ਲੈਟਰ ਦਿੱਤਾ ਸੀ। ਅਸੀਂ ਅੱਜ ਸਾਡੀ ਗੁਰਪ੍ਰੀਤ ਕੌਰ ਨੂੰ ਜਿਹੜੀ ਜਾਣ ਕਰਾਉਣ ਆਏ ਹੋਏ ਹਾਂ, ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਜਿਹੜੀਆਂ ਮੰਗਾਂ ਕਰੀਆਂ ਸੀ ਉਹ ਵਾਅਦਾਂ 'ਤੇ ਪੂਰੀ ਉਤਰੀ ਹੈ। ਅੱਗੇ ਵੀ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਸਾਨੂੰ ਇਨਸਾਫ਼ ਦਿੱਤਾ ਜਾਵੇ। ਅੱਜ ਅਸੀਂ ਤਮਾਮ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ, ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ 'ਚ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਜਿਹੜੀ ਆਪਣੀ ਗੁਰਪ੍ਰੀਤ ਲੜਕੀ ਨੇ ਜੁਆਇਨ ਕੀਤੀ ਆ, ਉਹ ਕਿਸਾਨ ਮੋਰਚੇ ਦੇ ਵਿੱਚ ਉੱਥੇ ਉਹਨਾਂ ਦਾ ਬ੍ਰਦਰ ਦੀ ਡੈਥ ਹੋ ਗਈ ਸੀ, ਉਸ ਦੇ ਤਰਸਯੋਗ ਦੇ ਹਿਸਾਬ ਨਾਲ ਜੁਆਇਨ ਕਰ ਲਿਆ। ਇਸ ਸਾਲ ਦੇ ਅਖੀਰ ਵਿੱਚ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਬਸਪਾ ਨੇ ਇੱਕ ਵਾਰ ਫਿਰ ਤੋਂ ਹੱਥ ਮਿਲਾ ਲਿਆ। ਦੋਹਾਂ ਪਾਰਟੀਆਂ ਨੇ ਅਹਿਮ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਬਾਰ ਨਵਾਂ ਗਾਓਂ ਵਿਖੇ ਬਸਪਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਭੈ ਚੌਟਾਲਾ ਨੇ ਕਿਹਾ ਕਿ ਇਹ ਗੱਠਜੋੜ ਸਵਾਰਥਹੀਣਤਾ ਉੱਤੇ ਆਧਾਰਿਤ ਨਹੀਂ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ। ਬਸਪਾ ਦੇ ਕੌਮੀ ਕਨਵੀਨਰ ਆਕਾਸ਼ ਆਨੰਦ ਨੇ ਕਿਹਾ ਕਿ ਹਾਲ ਹੀ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਅਤੇ ਚੌਟਾਲਾ ਵਿਚਾਲੇ ਗੱਠਜੋੜ ਬਾਰੇ ਮੀਟਿੰਗ ਹੋਈ ਸੀ। ਆਕਾਸ਼ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ 90 ਸੀਟਾਂ 'ਚੋਂ ਬਸਪਾ 37 ਸੀਟਾਂ ਉੱਤੇ ਅਤੇ ਇਨੈਲੋ 53 ਸੀਟਾਂ ਉੱਤੇ ਚੋਣ ਲੜੇਗੀ। ਅਭੈ ਚੌਟਾਲਾ ਬਸਪਾ ਇਨੈਲੋ ਗੱਠਜੋੜ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਇੰਡੀਅਨ ਨੈਸ਼ਨਲ ਲੋਕਲ ਪਾਰਟੀ ਔਰ ਬਹੁਜਨ ਸਮਾਜ ਪਾਰਟੀ ਦਾ ਹਮਾਰੇ ਇੱਕ ਰਾਜਨੀਤਿਕ ਸਮਝੌਤਾ ਹੋਇਆ ਹੈ, ਇੱਕ ਗਠਬੰਧਨ ਬਣਾ ਹੈ ਔਰ ਇਹ ਗਠਬੰਧਨ ਜੋ ਹੈ ਕੋਈ ਸਵਾਰਥ ਕਾ ਨਹੀਂ ਹੈ। ਇਹ ਗਠਬੰਧਨ ਲੋਕਾਂ ਕੀ ਭਾਵਨਾਓਂ ਕੇ ਮੁਤਾਬਿਕ ਬਣਾਇਆ ਗਿਆ ਹੈ। ਦਿੱਲੀ ਮੈਂ ਦਿਨਾਂਕ 6 ਜੁਲਾਈ ਕੋ ਬਹਿਨ ਜੀ ਮੈਂ ਸ਼੍ਰੀ ਅਭੈ ਚੌਟਾਲਾ ਜੀ ਕੀ ਹਰਿਆਣਾ ਪ੍ਰਦੇਸ਼ ਮੈਂ ਹੋਣੇ ਵਾਲੇ ਵਿਧਾਨ ਸਭਾ ਆਮ ਚੁਣਾਵ ਮੇਂ BSP ਵੈ ਐਲਐਲਓ ਗਠਬੰਧਨ ਕੋ ਲੇਕਰ ਕਾਫੀ ਵਿਸਤਾਰ ਸੇ ਬਾਤਚੀਤ ਹੋਈ ਥੀ, ਜਿਸ ਮੇਂ ਉਸੀ ਦਿਨ ਸੀਟੇ ਵੀ ਤੈਅ ਕਰ ਦੀ ਗਈ, ਜਿਸ ਮੇਂ ਸੇ 90 ਮੇਂ ਸੇ 37 ਵਿਧਾਨ ਸਭਾ ਕੀ ਸੀਟੋਂ ਪਰ BSP ਵੈ ਬਾਕੀ ਸਭੀ ਸੀਟੋਂ ਪਰ ਐਲਐਲਓ ਮਿਲਕਰ ਯਹਾਂ ਚੁਣਾਵ ਲੜੇਂਗੇ। ਔਰ ਉਸ ਸਮੇਂ ਮੇਂ ਮੈਂ ਮੇਰੇ ਸਾਥ ਹਮਾਰੇ ਪਿਤਾ ਜੀ ਸ਼੍ਰੀ ਆਨੰਦ ਕੁਮਾਰ ਜੀ ਤਥਾ ਸ਼੍ਰੀ ਬੇਨੀਵਾਲ ਜੀ ਵੀ ਮੌਜੂਦ ਥੇ।
ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਸ਼ੰਭੂ ਬਾਰਡਰ ਖੋਲ੍ਹਣ ਦੇ ਆਦੇਸ਼ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਹੁਣ ਕਿਸਾਨ ਦਿੱਲੀ ਜਾਣਗੇ ਤੇ ਇੰਡੀਅਨ ਨੈਸ਼ਨਲ ਲੋਕ ਦਲ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਕਰਦਾ ਹੈ। ਇਸ ਮੌਕੇ ਨਾਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਉੱਤੇ ਵੀ ਸ਼ਬਦ ਵਾਰ ਕੀਤੇ। ਹਮ ਕੋਰਟ ਕੇ ਫੈਸਲੇ ਕਾ ਬਹੁਤ ਸਵਾਗਤ ਕਰਤੇ ਹੈ ਔਰ ਕਿਸਾਨ ਜਬ ਦਿੱਲੀ ਜਾਏਗਾ ਦਿੱਲੀ ਕੇ ਬਾਰਡਰ ਪੇ ਜਾ ਕਰਕੇ ਫਿਰ ਅਗਰ ਲੜਾਈ ਲੜੇਗਾ ਫਿਰ ਹਮ ਕਿਸਾਨ ਕੇ ਸਾਥ ਖੜੇ ਹੋਣਗੇ। ਹਮ ਕਿਸਾਨੋ ਕੀ ਹਰ ਮੰਗ ਕੇ ਹੱਕ ਮੇਂ ਬੜਾ ਇੱਕ ਨਾਟਕ ਚੱਲ ਰਿਹਾ ਪ੍ਰਦੇਸ਼ ਕੇ ਅੰਦਰ। ਭੁਪਿੰਦਰ ਸਿੰਘ ਹੁੱਡਾ ਕਾ ਰੋਜ਼ ਬਿਆਨ ਆਤਾ ਹੈ ਕਿ ਦੁਸ਼ੰਤ ਆਪਣੇ ਐਮ ਐਲ ਏ ਲੈ ਕਰਕੇ ਆਏ ਨਾ ਤਾਂ ਦੁਸ਼ੰਤ ਕੇ ਪਾਸ ਐਮ ਐਲ ਏ ਔਰ ਨਾ ਭੁਪਿੰਦਰ ਹੁੱਡਾ ਕੇ ਪਾਸ ਦੋਨੋਂ ਇੱਕ ਦੂਸਰੇ ਪੇ ਡਾਲ ਕਰਕੇ ਬਚਣਾ ਚਾਹਤੇ ਹੈ। ਮੈਂ ਕਹਤਾ ਹੂੰ ਯੇ ਦੋਨੋਂ ਇਕੱਠੇ ਹੋ ਕਰਕੇ ਲਿਆਏ ਮੈਂ ਮੇਰਾ ਵੋਟ ਇਨਕੋ ਦਿਖਾ ਕਰਕੇ ਦੇ ਦੂੰਗਾ। ਇਹ ਤਾਂ ਲੋਕੋ ਕਾ ਬੇਵਕੂਫ ਬਣਾ ਰਹੇ ਰੋਜ਼। ਆਜ ਕੀ ਹਾਲਤ ਐਸੀ ਹੈ ਕਿ ਹੁੱਡਾ ਵੀ ਅਗਰ ਯੇ ਕਹੇ ਦਾਅਵੇ ਕੇ ਸਾਥ ਕਿ ਮੇਰੀ ਪਾਰਟੀ ਕੇ ਸਾਰੇ ਐਮ ਐਲ ਏ ਮੇਰੇ ਸਾਥ ਹੈ ਤੋ ਫਿਰ ਰਾਜ ਸਭਾ ਮੈਂ ਆਦਮੀ ਖੜਾ ਕਰਕੇ ਦੇਖ ਲੇ ਬੋਲ ਖੁੱਲ ਜਾਏਗਾ। ਇਸ ਹੁੱਡਾ ਨੇ ਹਮੇਸ਼ਾ ਬੇਈਮਾਨੀ ਕਰੀ ਭਾਜਪਾ ਕੇ ਪਕਸ਼ ਮੇਂ ਰਹਾ। ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ਵਿੱਚੋਂ ਪੁਲਿਸ ਨੂੰ 2 ਬੱਚੇ ਦਿੱਲੀ ਤੋਂ ਮਿਲ ਗਏ ਨੇ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਕੀ 5 ਬੱਚਿਆਂ ਦੇ ਮੁੰਬਈ ਵਿੱਚ ਹੋਣ ਦੀ ਖਬਰ ਹੈ। ਦੱਸ ਦੇ ਕਿ ਬੀਤੇ 7 ਜੁਲਾਈ ਨੂੰ ਇੱਕ ਹੀ ਮੁਹੱਲੇ ਵਿੱਚੋਂ ਇਹ 7 ਨਾਬਾਲਗ ਬੱਚੇ ਲਾਪਤਾ ਹੋ ਗਏ ਸਨ ਅਤੇ ਪੁਲਿਸ ਇਹਨਾਂ ਦੀ ਲਗਾਤਾਰ ਭਾਲ ਕਰ ਰਹੀ ਸੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੇਂਟ ਪੀਟਰਸਬਰਗ ਵਿੱਚ ਬ੍ਰਿਕਸ ਸੰਸਦੀ ਮਾਪ ਅੰਤਰ ਸੰਸਦੀ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਉੱਤੇ ਬ੍ਰਿਕਸ ਦੇ ਪਲੈਨਰੀ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ। ਦੱਸ ਦਈਏ ਕਿ ਭਾਰਤੀ ਸੰਸਦੀ ਵਫਦ ਬ੍ਰਿਕਸ ਦੇ 10ਵੇਂ ਪਾਰਲੀਮੈਂਟਰੀ ਫੋਰਮ ਵਿੱਚ ਸ਼ਮੂਲੀਅਤ ਕਰਨ ਲਈ ਸੇਂਟ ਪੀਟਰਸਬਰਗ ਗਿਆ। ਨਾਟਕ ਦੀ ਸ਼ੂਟਿੰਗ ਲਈ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਲਗਾਉਣ ਦਾ ਮਾਮਲਾ ਕਾਫੀ ਭੱਗ ਗਿਆ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ 'ਤੇ ਸਖ਼ਤ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਕਿ ਨਾਟਕਾਂ ਵਿੱਚ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਲਗਾਉਣਾ ਗਲਤ ਹੈ। ਅਜਿਹੀਆਂ ਕੋਝੀਆਂ ਹਰਕਤਾਂ ਦੇ ਨਾਲ ਸਿੱਖ ਧਰਮ ਨੂੰ ਢਾਅ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਹੁਣ ਅਜਿਹਾ ਹੋਇਆ ਤਾਂ ਨਾਟਕ ਨਾਲ ਜੁੜੇ ਲੋਕਾਂ ਨੂੰ ਸਿੰਘ ਸਾਹਿਬਾਨ ਵੱਲੋਂ ਤਲਬ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਲਮਾਂ ਅਤੇ ਸੀਰੀਅਲਾਂ ਵਿੱਚ ਪੈਸਿਆਂ ਖਾਤਰ ਪਾਵਨ ਗੁਰਬਾਣੀ ਦੇ ਅਦਬ ਸਤਿਕਾਰ ਅਤੇ ਸਿੱਖ ਪਰੰਪਰਾਵਾਂ ਨੂੰ ਸੱਟ ਮਾਰਨ ਵਾਲੀਆਂ ਕੋਝੀਆਂ ਹਰਕਤਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਬਿਲੇ ਗੌਰ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੇੜੇ ਘੜੂਆਂ ਵਿਖੇ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ਲਗਾ ਕੇ ਨਕਲੀ ਗੁਰਦੁਆਰਾ ਸਾਹਿਬ ਵਿੱਚ ਨਕਲੀ ਆਨੰਦ ਕਾਰਜ ਦੇ ਫਿਲਮਾਂਕਣ ਦੀ ਘਟਨਾ ਉੱਤੇ ਸਖ਼ਤ ਪ੍ਰਤੀਕਰਮ ਦਿੱਤਾ ਹੈ ਅਤੇ ਉਹਨਾਂ ਕਿਹਾ ਕਿ ਫਿਲਮੀ ਖੇਤਰ ਦੇ ਲੋਕ ਆਪਣੇ ਵਪਾਰ ਨੂੰ ਮੁੱਖ ਰੱਖ ਕੇ ਸਿੱਖ ਪਰੰਪਰਾਵਾਂ ਨਾਲ ਖਿਲਵਾੜ ਕਰਨ ਵਾਲੀਆਂ ਹਰਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਉਹਨਾਂ ਦੇ ਖਿਲਾਫ਼ ਸਖ਼ਤੀ ਵਰਤਣੀ ਪਵੇਗੀ। ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਉੱਤੇ ਸਥਿਤ ਕਸਬਾ ਮਹਿਲਪੁਰ ਦੇ ਬਾਹਰਵਾਰ ਇੱਕ ਸੁਨਸਾਨ ਇਲਾਕੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਤੁਰੰਤ ਥਾਣਾ ਮਹਿਲਪੁਰ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਦੀ ਜਾਣਕਾਰੀ ਆਲਾ ਅਧਿਕਾਰੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ SP ਸਰਬਜੀਤ ਸਿੰਘ ਬਾਹੀਆ ਵੀ ਮੌਕਾ ਦੇਖਣ ਪਹੁੰਚੇ। ਮ੍ਰਿਤਕ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ 28 ਸਾਲ ਦੇ ਕਰੀਬ ਅਤੇ ਜੋ ਪਿੰਡ ਮੇਗੋਵਾਲ ਦਾ ਰਹਿਣ ਵਾਲਾ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬੀਤੇ ਕੱਲ੍ਹ ਤੋਂ ਘਰੋਂ ਲਾਪਤਾ ਹੋ ਗਿਆ ਸੀ ਅਤੇ ਉਸਦਾ ਫੋਨ ਵੀ ਬੰਦ ਆ ਰਿਹਾ ਸੀ ਅਤੇ ਅੱਜ ਉਹਨਾਂ ਦੇ ਪੁੱਤਰ ਦੀ ਲਾਸ਼ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਵੱਡੇ ਪੁੱਤਰ ਦਾ ਵੀ ਮਹਿਲਪੁਰ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਉਹਨਾਂ ਦੇ ਛੋਟੇ ਪੁੱਤ ਦੀ ਵੀ ਮੌਤ ਹੋਈ ਹੈ। ਉੱਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ SP ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਮਨਦੀਪ ਸਿੰਘ
ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਵਿੱਚੋਂ ਬਾਹਰ ਆਏ ਅਤੇ ਅੱਜ ਵੀ ਉਸਦੀ ਲਾਸ਼ ਕੋਲੋਂ ਸਰਿੰਜ ਅਤੇ ਇੱਕ ਚਮਚ ਬਰਾਮਦ ਹੋਇਆ, ਜਿਸ ਤੋਂ ਇੰਝ ਜਾਪਦਾ ਹੈ ਕਿ ਨਸ਼ੇ ਦਾ ਟੀਕਾ ਲਗਾਉਂਦੇ ਆ ਉਸ ਨੂੰ ਹਾਰਟ ਅਟੈਕ ਆਇਆ ਹੋਵੇ, ਜਿਸ ਨਾਲ ਉਸਦੀ ਮੌਤ ਹੋਈ ਹੈ। ਅਸੀਂ ਤਾਂ ਰਾਤ ਜਿਹੜੇ ਫੋਨ ਬੰਦ ਹੋ ਗਿਆ ਨਾ ਜੀ, ਫੋਨ ਬੰਦ ਹੋਏ ਤੇ ਸਾਨੂੰ ਸ਼ੱਕ ਪਈ ਪਈ ਕਿ ਅਸੀਂ ਰਾਤ 2 ਵਜੇ ਤੱਕ ਇੱਧਰ ਸਾਰੇ ਸੜਕਾਂ ਸੁੜਕਾਂ ਫਿਰਦੇ ਰਹੇ ਜੀ। ਸਵੇਰੇ ਆ ਕੇ ਬੈਠੇ ਲੋਕੇਸ਼ਨ ਕਢਾ ਕੇ ਪਤਾ ਲੱਗਾ ਕਿ ਇੱਥੇ ਕਿਸੇ ਨੇ ਦੱਸਿਆ ਵੀ ਉੱਥੇ ਇੱਕ ਪਿਆ। ਕੀ ਕਾਰਨ ਲੱਗਦਾ ਸ਼ੁਰੂਆਤੀ ਜੀ, ਤੁਸੀਂ ਵੀ ਦੇਖੀ ਬੋਡੀ? ਸਾਨੂੰ ਇਹੋ ਕੀ ਪਤਾ ਕੀ ਹੋਇਆ ਜੀ, ਕਿੱਥੇ ਇਹੋ ਚੇਨ ਕੀਤਾ, ਨਾ ਇਹਦਾ ਫੋਨ ਕੋਲ ਇਸ ਵੇਲੇ ਕੋਈ ਗੱਲ ਨਹੀਂ ਗਈ, ਫੋਨ ਕੋਲ ਨਹੀਂ ਹੈ ਤੇ ਤਾਂ ਮਤਲਬ ਕੋਈ ਕਿਸੇ ਨੇ ਕਾਰਾ ਕੀਤਾ ਆ। ਜਿੱਦਾਂ ਪਹਿਲਾਂ ਵੀ ਤੁਹਾਡੇ ਬੱਚੇ ਦੀ ਮੌਤ ਹੋਈ, ਇਹਨਾਂ 'ਤੇ ਵੀ ਛੱਡ ਕੇ ਆਪਾਂ ਨਹੀਂ, ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਜੀ ਕੀ ਹੈਗਾ ਕੀ ਨਹੀਂ। ਕੀ ਮੰਗ ਕਰਦੇ ਹੋ? ਅਤੇ ਹੁਣ ਮੰਗਦੇ ਜੋ ਵੀ ਹੋਇਆ ਪਹਿਲੇ ਦਾ ਵੀ ਇਹਦਾ ਵੀ ਇਨਸਾਫ਼ ਮਿਲਣਾ ਚਾਹੀਦਾ ਸਾਨੂੰ, ਹੋਰ ਕੁਛ ਨਹੀਂ ਮੰਗ। ਸਾਨੂੰ ਇਨਫੋਰਮੇਸ਼ਨ ਆਈ ਸੀ SHO ਸਾਹਿਬ ਨੂੰ, ਸਵੇਰੇ ਵੀ ਸਾਡਾ ਬੱਚਾ ਰਾਤ ਦਾ ਮਿਸਿੰਗ ਹੈਗਾ, ਉਹਦੇ ਮਨਦੀਪ ਨਾਂ ਸੀ ਉਹਦਾ, ਉਮਰ ਕਰੀਬ 27-28 ਸਾਲ, ਮੈਰਿਡ ਆ। ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿੰਨੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ SHO ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਭਾਲ ਸਟਾਰਟ ਕੀਤੀ ਗਈ, ਔਰ ਭਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈੱਡ ਬੋਡੀ ਪਈ ਆ। ਇਹ ਕਿਹੜਾ ਏਰੀਆ? ਮਾਲਪੁਰ ਦੇ ਬਾਹਰਲਾ ਪਾਸਾ ਕਹਿ ਸਕਦੇ ਆਪਾਂ, ਬੇਵਾਦ ਏਰੀਆ ਆ। ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਆ, ਉਹਨਾਂ ਪਰਿਵਾਰ ਨੂੰ ਮਿਲੇ ਹੈਗੇ ਆ। ਬੇਸਿਕਲੀ ਮਨਦੀਪ ਹੁਣੇ ਇੱਥੇ ਨਸ਼ਾ ਛੁਡਾਊ ਕੇਂਦਰ ਹੈ, ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ। ਉਦੋਂ ਬਾਅਦ ਇਹਨੂੰ ਆਏ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ, ਠੀਕ ਸੀਗਾ। ਪਰੰਤੂ ਅੱਜ ਇਹਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਸਮਾਨ ਮਿਲਿਆ ਉਹਦੀ ਪੋਕਟ 'ਚੋਂ ਮਿਲਿਆ, ਇੱਕ ਸਰਿੰਜ ਮਿਲੀ ਆ ਜਿਹੜਾ ਇੰਜੈਕਸ਼ਨ ਲਾਉਂਦੇ ਆ, ਪਲੱਸ ਇੱਕ ਚਮਚ ਮਿਲਿਆ, ਪਾਣੀ ਦੀ ਬੋਟਲਸ ਆ। ਔਰ ਇਹਨੇ ਜੋ ਸਾਨੂੰ ਲੱਗ ਰਿਹਾ ਵੀ ਟੀਕਾ ਲਾਉਂਦੇ ਟਾਈਮ ਹੀ ਇਹਦਾ ਹਾਰਟ ਫੇਲ ਹੋਇਆ, ਬਾਕੀ ਪੋਸਟਮਾਰਟਮ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ, ਕਿਉਂਕਿ 11-60 ਫਿਜ਼ੀਕਲੀ ਕੋਈ ਨਹੀਂ ਦੀਦੀ ਹੈਗੀ। ਔਰ ਐਜ਼ ਪਰ ਲਾ ਸਖਤ ਕਾਰਵਾਈ ਕੀਤੀ ਜਾਏਗੀ ਜਿਹੜੇ ਜਿਹੜੇ ਬੰਦੇ ਇਹਦੇ 'ਚ ਇਨਵੋਲਵ ਆ। ਸੜਕ ਸੁਰੱਖਿਆ ਫੋਰਸ ਇੱਕ ਵਾਰ ਫਿਰ ਤੋਂ ਕਾਰਗਰ ਸਾਬਤ ਹੋਈ ਹੈ। ਦਰਅਸਲ ਦਸੂਹਾ ਮੈਣੀ ਰੋਡ ਉੱਤੇ ਪਿੰਡ ਪੋਲ ਪੁਖਤਾ ਮੋੜ ਦੇ ਨਜ਼ਦੀਕ ਹੋਈ ਸਕਾਰਪੀਓ ਅਤੇ ਟੈਂਪੂ ਦੀ ਟੱਕਰ ਵਿੱਚ 3 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ। ਘਟਨਾ ਤੋਂ ਤੁਰੰਤ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ, ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਹਾਦਸੇ ਵਿੱਚ ਦੋਵਾਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ, ਟੈਂਪੂ ਸਵਾਰ ਪਿਓ ਪੁੱਤ ਜ਼ਖਮੀ ਹੋਏ ਨੇ, ਜਦਕਿ ਇਸ ਹਾਦਸੇ ਵਿੱਚ ਸਕਾਰਪੀਓ ਚਾਲਕ ਜ਼ਖਮੀ ਹੋਇਆ। ਇਸ ਹਾਦਸੇ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਹੁਣੇ ਹੁਣੇ 15 ਮਿੰਟ ਇੱਕ ਸਾਨੂੰ ਚੌਂਕੀ ਬੁੜਾ ਤੋਂ ਫੋਨ ਆਇਆ ਜੀ, ਇੱਕ ਨਿਆਣੀ ਮੋੜ ਦੇ ਉੱਤੇ ਐਕਸੀਡੈਂਟ ਹੋਇਆ ਆ, ਜੋ ਇੱਕ ਟੈਂਪੂ ਇੱਕ ਸਕਾਰਪੀਓ ਦਾ। ਸਕਾਰਪੀਓ ਵੀ ਜਿਹੜਾ ਡਰਾਈਵਰ ਸੀ ਇਕੱਲਾ ਹੀ ਸੀਗਾ, ਜੋ ਪੁਲ ਪੁਖਤਾ ਤੋਂ ਮਿਆਣੀ ਨੂੰ ਜਾ ਰਿਹਾ ਸੀਗਾ, ਅਤੇ ਇੱਕ ਟੈਂਪੂ ਸੀਗਾ ਜੋ ਮਿਆਣੀ ਤੋਂ ਪੁਲ ਪੁਖਤਾ ਸਾਈਡ ਆ ਰਿਹਾ ਸੀਗਾ, ਜਿਸ ਦੇ ਵਿੱਚ ਇੱਕ ਚਾਲਕ ਸੀਗਾ ਜੋ ਕਿ 25-26 ਸਾਲ ਦਾ ਦੇਖ ਉਸਦਾ ਬੱਚਾ ਸੀਗਾ, ਉਹ ਇੰਜਰਡ ਹੋਏ। ਸਕਾਰਪੀਓ ਵਾਲਾ ਵੀ ਡਰਾਈਵਰ ਇੰਜਰਡ ਹੋਇਆ, ਜਿਹਨੂੰ ਸਿਵਲ ਹਸਪਤਾਲ ਟਾਂਡਾ ਐਡਮਿਟ ਕਰਾਇਆ ਗਿਆ, ਅਤੇ ਉਹ ਦੂਸਰਾ ਜੋ ਕਾਰ ਸਵਾਰ ਸੀਗਾ ਉਹਨੂੰ ਪ੍ਰਾਈਵੇਟ ਹੋਸਪਿਟਲ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਗਏ, ਅਤੇ ਬਸਤੀ ਫੋੜਾ ਜਿਹੜੇ ਆ ਚੌਂਕੀ ਵਾਲਿਆਂ ਨੂੰ ਇਨਫੋਰਮ ਕੀਤਾ ਗਿਆ। ਫਿਰੋਜ਼ਪੁਰ ਵਿੱਚ ਹਰ ਰੋਜ਼ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ, ਜਿਸ ਕਾਰਨ ਲੋਕ ਅਲਰਟ ਰਹਿਣ ਲੱਗੇ ਨੇ। ਇਸ ਤਹਿਤ
ਲੋਕਾਂ ਨੇ ਚੋਰੀ ਦੀ ਨੀਅਤ ਨਾਲ ਆਏ ਦੋ ਚੋਰਾਂ ਵਿੱਚੋਂ ਇੱਕ ਚੋਰ ਨੂੰ ਕਾਬੂ ਕੀਤਾ ਅਤੇ ਦੂਜਾ ਫਰਾਰ ਹੋ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਇੱਕ ਕਲੋਨੀ ਦੇ ਘਰ ਵਿੱਚ ਵੜ ਜਾਂਦਾ ਅਤੇ ਦੂਜਾ ਬਾਹਰ ਖੜ੍ਹਾ ਰਹਿੰਦਾ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਕਾਰ ਸਵਾਰਾਂ ਨੇ ਮੁਸ਼ੱਕਤ ਦੇ ਨਾਲ ਇੱਕ ਚੋਰ ਨੂੰ ਫੜਿਆ ਅਤੇ ਦੂਜਾ ਫਰਾਰ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਪਰਮਜੀਤ ਸਿੰਘ ਸਰਨਾ ਨੇ ਮਹਾਰਾਸ਼ਟਰ ਚੋਣਾਂ ਵਿੱਚ ਸ਼ਿਵ ਸੈਨਾ ਨੂੰ ਸਮਰਥਨ ਦੇਣ ਦਾ ਫੈਸਲਾ ਵਾਪਸ ਲੈ ਲਿਆ। ਇਸ ਸੰਬੰਧੀ ਸਾਡੇ ਪੱਤਰਕਾਰ ਅਮਰਜੀਤ ਸਿੰਘ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਇਹ ਖਬਰ ਮਨ ਘੜਤ ਹੈ। ਉਹਨਾਂ ਕਿਹਾ ਕਿ ਉਹ ਪੰਥਕ ਮਾਮਲਿਆਂ ਨੂੰ ਲੈ ਕੇ ਸ਼ਿਵ ਸੈਨਾ ਉਧਵ ਠਾਕਰੇ ਦਾ ਸਮਰਥਨ ਕਰਨਗੇ। ਸੋ ਬਿਲਕੁਲ ਇਸ ਸਮੇਂ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਹਰਵਿੰਦਰ ਸਿੰਘ ਸਰਨਾ ਜੀ। ਸਰਨਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ, ਜਿਹੜਾ ਸਮਰਥਨ ਜਿਹੜਾ ਵਾਪਸ ਲਿਆ ਉਸ ਤੋਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਜਿਹੜਾ ਅਸੀਂ ਕੋਈ ਵਾਪਸ ਨਹੀਂ ਲਿਆ ਜੀ, ਇਹ ਕਿਸੇ ਨੇ ਆਪਣੇ ਕੋਲੋਂ ਮਨ ਘੜਤ ਖਬਰ ਦਿੱਤੀ ਹੈ ਜੀ। ਮੇਰਾ ਇਹੀ ਕੰਮ ਹੈ, ਪਹਿਲੇ ਮੈਂ ਖਬਰ ਦਿਆਂ ਤੇ ਫਿਰ ਮੈਂ ਵਾਪਸ ਲਿਆ। ਅੱਛਾ ਜੀ। ਨਾ ਮੇਰੇ ਤੇ ਕੋਈ ਪ੍ਰੈਸ਼ਰ ਹੈਗਾ, ਨਾ ਮੈਂ ਕਿਸੇ ਨੇ ਕਿਹਾ ਵਾਪਸ ਲਿਆ ਜੀ। ਹਾਂਜੀ ਜੀ, ਹੁਣ ਤੁਸੀਂ ਜਿਹੜਾ ਸ਼ਿਵ ਸੈਨਾ ਦਾ ਸਮਰਥਨ ਕਰੋਗੇ ਤੇ ਕਦੋਂ ਜਿਹੜੀ ਮੁਲਾਕਾਤ? ਅਸੀਂ ਬਿਲਕੁਲ ਕਰਾਂਗੇ ਜੀ। ਹਾਂਜੀ, ਸਾਡੀ ਕੋਈ ਗੱਲ, ਕੋਈ ਜਿਹੜੀ ਵੀ ਸਰਕਾਰ ਸਾਡੀ ਗੱਲ ਸੁਣਾਂਗੇ, ਅਸੀਂ ਉਹਦਾ ਸਮਰਥਨ ਕਰਾਂਗੇ। ਠੀਕ ਹੈ ਜੀ, ਤੇ ਕਦੋਂ ਗੱਲਬਾਤ ਹੋ ਰਹੀ ਹੈ, ਹੁਣ ਕਦੋਂ ਮਿਲਣ ਵਾਸਤੇ ਜਾ ਰਹੇ ਹੋ? ਕੋਈ ਮੈਂ ਚਿੱਠੀ ਲਿਖ ਰਿਹਾ, ਜਦੋਂ ਉਹਨਾਂ ਨੇ ਟਾਈਮ ਦਿੱਤਾ ਅਸੀਂ ਮਿਲ ਲਵਾਂਗੇ। ਠੀਕ ਹੈ ਠੀਕ ਹੈ, ਕੀ ਮੁੱਦੇ ਕੀ ਹੋਣਗੇ, ਕੀ ਲੈ ਕੇ ਮੁਲਾਕਾਤ ਹੋਵੇਗੀ, ਕਿਸ ਤਰ੍ਹਾਂ ਸਮਰਥਨ ਦਿੱਤਾ ਜਾਵੇਗਾ? ਦੇਖੋ ਜੀ, ਮੁੱਦਾ ਹੈਗਾ ਬਈ, ਸਭ ਤੋਂ ਵੱਡਾ ਤੇ ਮੁੱਦਾ ਹੈਗਾ ਬਈ ਆਪਣਾ ਸ੍ਰੀ ਹਜ਼ੂਰ ਸਾਹਿਬ ਦਾ ਜੀ, ਬਈ ਉਹ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਜਿਹੜਾ ਸਿੱਖਾਂ ਦੇ ਹੱਥ ਆਣਾ ਚਾਹੀਦਾ ਜੀ। ਇਹ ਨੀ ਹੈਗਾ ਕਦੀ ਕਿਸੇ ਦੇ ਹੱਥ, ਕਦੀ ਕਿਸੇ ਦੇ ਹੱਥ, ਜਿਸ ਤਰ੍ਹਾਂ ਪਹਿਲੇ ਚੱਲਦਾ ਸੀ ਚਲਾਣ, ਉੱਥੇ ਹਜ਼ੂਰ ਸਾਹਿਬ ਦਾ ਮੁੱਦਾ ਇਸ ਵਕਤ ਇਹਨਾਂ ਨੇ ਕਬਜ਼ਾ ਕੀਤਾ ਹੈ, ਬਾਕੀ ਦੇ ਤਖਤਾਂ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਟਨਾ ਸਾਹਿਬ ਤੇ ਕੀਤਾ ਮੈਂ, ਹਜ਼ੂਰ ਸਾਹਿਬ ਦੇ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਕਰਕੇ ਸਾਡਾ ਵੱਡਾ ਮੁੱਦਾ, ਮੈਂ ਕੋਈ ਉਹਨਾਂ ਕੋਲੋਂ ਕੋਈ ਰਾਜਸੀ ਤਾਕਤ ਮੰਗਣ ਨਹੀਂ ਜਾਵਾਂਗਾ, ਆਪਣੇ ਧਾਰਮਿਕ ਸੁਰੱਖਿਆ ਜਿਹੜੀ ਹੈਗੀ ਉਹ ਇਨਸ਼ੋਰ ਕਰਾਂਗਾ। ਪਾਰਟੀ ਪ੍ਰਧਾਨ ਦੀ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦੀ, ਕਿ ਉਹ ਵੀ ਨਾਲ ਲੈ ਕੇ ਚੱਲੋਗੇ ਜਾਂ ਕਿਸ ਤਰ੍ਹਾਂ ਦੀ ਕੋਸ਼ਿਸ਼ ਹੈ ਕਿ ਨਾਲ ਚੱਲਣ? ਮੈਂ ਬੇਨਤੀ ਉਹਨਾਂ ਨੂੰ ਕਰਾਂਗਾ ਜੀ ਜੀ, ਕੋਈ ਨਿੱਜੀ ਗੱਲਬਾਤ ਹੋਈ ਹੈ ਉਹਨਾਂ ਨੂੰ ਲੈ ਕੇ ਇਸ ਮਾਮਲੇ ਲੈ ਕੇ ਵੀ ਅਸੀਂ ਜਿਹੜਾ ਹੋ ਜਾਏ, ਕੋਈ ਗੱਲ ਨਹੀਂ, ਸਾਡੀ ਇਤਨੀ ਅੰਡਰਸਟੈਂਡਿੰਗ ਹੈ ਬਾਦਲ ਸਾਹਿਬ ਨਾਲ। ਅੱਛਾ ਜੀ, ਹਾਂ, ਕੋਈ ਇਸ ਮੁੱਦੇ ਨੂੰ ਲੈ ਕੇ ਕੋਈ ਪੰਜਕ ਸਿੱਖ ਚ ਭਾਈਚਾਰੇ ਨੂੰ ਲੈ ਕੇ ਕੋਈ ਮੁੱਦਾ ਹੋਵੇਗਾ ਜਾਂ ਆਪਸੀ ਕੋਈ ਭਾਈਚਾਰੇ ਨੂੰ ਲੈ ਕੇ ਹੋਵੇਗਾ ਜਾਂ ਕੋਈ? ਕਹਿਣਾ ਜੀ, ਸਿੱਖ ਕਿਉਂ ਮੁੱਦਾ ਕਿਉਂ ਹੋਏਗਾ ਜੀ? ਸਿੱਖ ਤੇ ਖੁਸ਼ੀਆਂ ਮਨਾਣਗੇ ਬਈ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਜਿਸ ਵਕਤ ਸਿੱਖਾਂ ਦੇ ਕੋਲ ਆਏਗਾ ਤਾਂ। ਤੇ ਮੇਰੀ ਲਾਸਟ ਸਵਾਲ ਹੈ, ਚਰਚਾਵਾਂ ਬੜੀਆਂ ਚੱਲ ਰਹੀਆਂ ਸੀ, ਕਹਿੰਦੇ ਪ੍ਰੈਸ ਨੋਟ ਵੀ ਜਾਰੀ ਹੋਇਆ ਵੀ ਸਰਨਾ ਵੱਲੋਂ ਜਿਹੜਾ ਯੂ ਟਰਨ ਸ਼ਿਵ ਸੈਨਾ ਨੂੰ ਸਮਰਥਨ ਦੇਣ ਦਾ ਫੈਸਲਾ ਵਾਪਸ ਲਿਆ ਗਿਆ? ਦਿੱਤਾ ਹੀ ਨਹੀਂ ਕੋਈ ਨਹੀਂ ਅਸੀਂ ਦਿੱਤਾ। ਤੇ ਫਿਰ ਕਿੰਨੇ ਪ੍ਰੈਸ ਨੋਟ ਕਿੰਨੇ ਜਾਰੀ ਕੀਤਾ, ਕੀ ਬਣਾਇਆ ਗਿਆ? ਪਤਾ ਹੀ ਕੋਈ ਨਹੀਂ। ਅੱਛਾ ਜੀ, ਸਾਨੂੰ ਪਤਾ ਹੀ ਨਹੀਂ, ਪ੍ਰੈਸ ਨੋਟ ਤੇ ਹੈਗਾ ਵੀ ਅਸੀਂ ਸਮਰਥਨ ਦਿੱਤਾ ਹੈ। ਅੱਛਾ ਜੀ, ਕਹਾਣੀ ਕੋਈ ਨਹੀਂ। ਜਿਹੜਾ ਯੂ ਟਰਨ ਦਾ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ, ਕੀ ਕਿਸੇ ਦੀ ਸ਼ਰਾਰਤ ਹੈ? ਯੂ ਟਰਨ ਦਾ ਪਤਾ ਨਹੀਂ ਕਿਸੇ ਨੇ ਸ਼ਰਾਰਤ ਕੀਤੀ ਹੈ। ਠੀਕ ਹੈ ਜੀ, ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ, ਜਾਂਦਿਆਂ ਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।